ਕੇ ਆਇਆ ਉਮਰ ਤੇ ਮੁੱਕ ਗਈ ਉਮਰ ਕੁਫਰ ਦੀ ਤੇ ਕੀਤੀ ਸ਼ਿਰਕ ਦੀ ਉਮਰ ਤਬਾਹੀ ਉਹ ਜਿੰਨੇ ਉਮਰ ਚ ਉਮਰ ਨੂੰ ਨਹੀਂ ਮੰਨਿਆ ਐਵੇਂ ਪਿੱਠਦੇ ਆ ਉਮਰ ਗਵਾਈ ਰਜ਼ੀ ਅੱਲਾਹ ਤਾਲਾ ਮਦੀਨਾ ਪਾਕ ਦੇ ਅੰਦਰ ਜ਼ਲਜ਼ਲਾ ਜਾਂਦਾ ਹੈ ਨਾ ਮਦੀਨੇ ਦੀ ਜ਼ਮੀਨ ਹਿਲਦੀ ਏ ਜ਼ਲਜ਼ਲਾ ਆਉਂਦਾ ਹੈ ਨਾ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਆਪਣਾ ਦੁਰਾ ਮੁਬਾਰਕ ਉਤਾਰ ਕਰਕੇ ਜ਼ਮੀਨ ਦੀ ਕੰਢ ਤੇ ਦੁਰੇ ਮਾਰਦੇ ਨੇ ਨਾ ਕਹਿੰਦੇ ਨੇ ਐ ਜ਼ਮੀਨ ਕਿਆ ਤੇਰੇ ਤੇ ਅਦਲੋ ਇਨਸਾਫ ਨਹੀਂ ਹੁੰਦਾ ਕਿਆ ਤੇਰੇ ਤੇ ਅਦਲ ਨਹੀਂ ਕੀਤਾ ਜਾਂਦਾ ਕਿਆ ਤੇਰੇ ਤੇ ਇਨਸਾਫ ਨਹੀਂ ਕੀਤਾ ਜਾਂਦਾ ਫਕਾਲਾ ਉਸਕੁਨੀ ਆਖਿਆ ਅੱਲਾ ਦੇ ਹੁਕਮ ਨਾਲ ਸੁਕੂਨ ਕਰ ਤੇ ਉਹ ਸੁਕੂਨ ਕਰ ਗਈ ਸੁਬਹਾਨ ਅੱਲਾ ਅੱਲਾ ਦੇ ਹੁਕਮ ਨਾਲ ਸੁਕੂਨ ਕਰ ਲੇਕਿਨ ਵੀਰਿਆ ਜਦੋਂ ਤੂੰ ਆਖੇਗਾ ਫੁਲਾਂ 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 ਹਸਤੀਆਂ ਮੌਜੂਦ ਨੇ ਨਾ ਇਹ ਤੇ ਕੁੰਬੀ ਇਜ਼ਨਿਲਾ ਖਦਰਤ ਉਮਰ ਰਜ਼ੀ ਅੱਲਾਹ ਤਾਲਾ ਨੇ ਫਰਮਾਇਆ ਲੇਕਿਨ ਲੋਕ ਤੇ ਇੱਥੇ ਬਾਤਾਂ ਹੀ ਹੋਰ ਕਰ ਜਾਂਦੇ ਨੇ ਆਂਦੇ ਨੇ ਕੁੰਬੀ ਇਜ਼ਨੀ ਮੇਰੇ ਹੁਕਮ ਨਾਲ ਮੁਰਦਿਆ ਕਬਰ ਚੋਂ ਬਾਹਰ ਆ ਜਾ ਬਾਹਰ ਨਿਕਲ ਜਾ ਨਹੀਂ ਮੰਨਦੇ ਅਸੀਂ ਅੱਲਾਹ ਦੇ ਜਿਨ੍ਹਾਂ ਨੂੰ ਤੁਸੀਂ ਇਹੋ ਜਿਹਿਆਂ ਨੂੰ ਬਲੀ ਆਖਦੇ ਹੋ ਨਾ ਨਹੀਂ 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 ਅੱਲਾਹ ਦਾ ਬਲੀ ਹੋਏ ਤੇ ਕੁੰਬੀ ਇਜ਼ਨੀ ਨਹੀਂ ਕਹਿ ਸਕਦਾ ਉਹ ਤੇ ਕਹੇਗਾ ਕੁਮ ਬੀ ਇਜ਼ਨਿਲਾ ਅੱਲਾਹ ਦੇ ਹੁਕਮ ਨਾਲ ਅੱਲਾਹ ਦੇ ਹੁਕਮ ਦੇ ਨਾਲ ਹਰ ਕੰਮ ਹੀ ਅੱਲਾਹ ਦੇ ਹੁਕਮ ਨਾਲ ਹੁੰਦਾ ਏ ਅਗਰ ਮੇਰੇ ਅੱਲਾਹ ਸੋਹਣੇ ਦੀ ਜ਼ਾਤੇ ਮੁਕੱਦਸਾ ਜ਼ਾਤੇ ਜ਼ਾਤੇ ਆਲੀਆ ਨਾ ਚਾਹੇ ਤੇ ਐਵੇਂ ਪੱਤਾ ਨਹੀਂ ਹਿਲ ਸਕਦਾ ਐਵੇਂ ਘਾਹ ਦੀ ਤਿੜ ਜ਼ਮੀਨ ਪਾੜ ਕੇ ਬਾਹਰ ਨਹੀਂ ਆ ਸਕਦੀ ਅੱਲਾਹੁ ਅਕਬਰ ਕਬੀਰਾ ਇਹ ਤੇ ਮੇਰੇ ਅੱਲਾਹ ਦੇ ਹੁਕਮ ਚੱਲਦੇ ਨੇ ਨਾ ਚਾਹੇ ਤੇ ਧੀਆਂ ਧੀਆਂ ਹੀ ਦਿੱਤੀ ਜਾਵੇ ਚਾਹੇ ਤੇ ਬੇਟੀਆਂ ਨਾਲ ਨਵਾਜ਼ ਦੇਵੇ ਚਾਹੇ ਤੇ ਮਜ਼ਦੂਰੀਆਂ ਤੇ ਲਾ ਦੇਵੇ ਚਾਹੇ ਤੇ ਮਜ਼ਦੂਰੀ ਕਰਨ ਹੀ ਨਾ ਦੇਵੇ ਅੱਲਾਹ ਅੱਲਾਹ ਹੁਕਮ ਮੇਰੇ ਅੱਲਾਹ ਸੋਹਣੇ ਦੇ ਚੱਲਿਆ ਕਰਦੇ ਨੇ ਨਾ ਜ਼ਿੰਦਿਆਂ ਨੂੰ ਮਾਰ ਦੇਵੇ ਮਰਿਆਂ ਨੂੰ ਜ਼ਿੰਦਾ ਫਰਮਾ ਦੇਵੇ ਇਹ ਤੇ ਮੇਰੇ ਅੱਲਾਹ ਦੀਆਂ ਸ਼ਾਨਾਂ ਨੇ ਨਾ